ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ ਦੇ ਵਿੱਚ ਪੰਜਾਬ ਦਾ ਬਜਟ ਪੇਸ਼ ਕੀਤਾ। ਹਾਲਾਂਕਿ ਵਿੱਤ ਮੰਤਰੀ ਵੱਲੋਂ ਆਪਣੇ ਬਜਟ ਵਿੱਚ ਹਰ ਵਰਗ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸੇ ਦੇ ਨਾਲ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚੋਂ ਆਮ ਲੋਕਾਂ ਦੇ ਵਿਚਾਰ ਨਿਕਲ ਕੇ ਸਾਹਮਣੇ ਆ ਰਹੇ ਨੇ। ਉਹਨਾਂ ਨੇ ਇਸ ਬਜਟ ਦੇ ਬਾਰੇ ਵਿੱਚ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਅੱਜ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਉਹਨਾਂ ਨੇ ਕਿਸਾਨਾਂ ਲਈ ਕੁਝ ਮਾਫੀ ਲਈ ਵੀ ਫੰਡ ਰੱਖੇ ਹਨ, ਪਰ ਉਹ ਸਿਰਫ ਬਿਜ ਮਹੀਨਿਆਂ ਲਈ ਰੱਖੇ ਹਨ। ਉਸ 'ਤੇ ਆਪਾਂ ਗੱਲ ਕਰਦੇ ਹਾਂ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਸੰਧਵਾਲਾ। ਹਾਂਜੀ ਸੰਧਵਾਲ ਸਾਹਿਬ, ਕੀ ਕਹਿਣਾ ਜਿਹੜਾ ਇਹ ਬਜਟ ਪੇਸ਼ ਕੀਤਾ ਗਿਆ? ਦੇਖੋ, ਜਿਹੜਾ ਅੱਜ ਬਜਟ ਪੇਸ਼ ਕੀਤਾ ਗਿਆ ਵਿੱਤ ਮੰਤਰੀ ਵੱਲੋਂ, ਉਹਦੇ 'ਚ ਬੋਲ ਰਿਹਾ ਉਹ ਕਿ ਜਿਹੜਾ ਇਹ ਪੈਸਾ ਰੱਖਿਆ ਗਿਆ ਇਹ ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਖਾਤਰ। ਅਸੀਂ ਦੇਖ ਕੇ ਆਏ, ਜਦੋਂ ਟੀ ਵੀ 'ਤੇ ਐਡ ਆ ਰਹੀ ਹੈ ਤਾਂ ਉੱਥੇ ਬੇਜ਼ਮੀਨੇ ਕਿਸਾਨਾਂ ਦਾ ਨਾਂ ਨਹੀਂ ਆ ਰਿਹਾ, ਮਜ਼ਦੂਰਾਂ ਦਾ ਨਾਂ ਆ ਰਿਹਾ। ਤਾਂ ਸਾਡਾ ਕਹਿਣ ਦਾ ਭਾਵ ਕਿ ਸਾਡੇ ਉਹ ਬੇਜ਼ਮੀਨੇ ਕਿਸਾਨਾਂ ਨੂੰ ਬਦਨਾਮ ਕਰ ਰਿਹਾ, ਸਾਡੇ ਬੇਜ਼ਮੀਨੇ ਕਿਸਾਨਾਂ ਨੂੰ ਕੁਛ ਨਹੀਂ ਦੇਣਾ। ਔਰ ਮਜ਼ਦੂਰਾਂ ਦਾ ਜੇ ਕਹੀਏ ਤਾਂ ਮਜ਼ਦੂਰਾਂ ਨੂੰ ਕਿਸੇ ਬੈਂਕ ਵੱਲੋਂ ਜਿੰਨਾ ਕਰਜ਼ਾ ਚਾਹੀਦਾ ਉਹਨਾਂ ਕਿਸੇ ਵੀ ਮਜ਼ਦੂਰ ਨੂੰ ਕਿਸੇ ਬੈਂਕ ਨੇ, ਕਿਸੇ ਸਰਕਾਰ ਨੇ ਕਰਜ਼ਾ ਨਹੀਂ ਦਿੱਤਾ, ਜਿਸ ਕਰਕੇ ਉਹ ਆਪਣੇ ਕਾਗਜ਼ਾਂ ਦੇ ਵਿੱਚ ਰਹਿ ਜਾਣਾ ਹੈਗਾ। ਨਾ ਕਿਸੇ ਮਜ਼ਦੂਰ ਨੂੰ ਮਿਲਣਾ ਅਤੇ ਨਾ ਕਿਸੇ ਕਿਸਾਨ ਨੂੰ ਮਿਲਣਾ। ਕਰਜ਼ਾ ਜਿਹੜਾ ਕਿਸੇ ਕਨੀ ਕੋਈ ਜੇ ਥੋੜ੍ਹਾ ਬਹੁਤਾ ਹੈ, ਉਹ ਜਿਵੇਂ ਜਿਉਂ ਦੀ ਤਿਉਂ ਖੜ੍ਹਾ ਰਹਿਣਾ। ਜੋ ਅੱਜ ਦਾ ਜੀ ਬਜਟ ਪੇਸ਼ ਕੀਤਾ, ਕਿਸਾਨ ਬਿਲਕੁਲ ਸੰਤੁਸ਼ਟ ਨਹੀਂ, ਨਾ ਪੱਖੀ ਆ। ਕਿਸਾਨਾਂ ਨੂੰ ਦਿੱਤਾ ਕੁਝ ਨਹੀਂ ਗਿਆ, ਇੱਕ ਕਿਸਾਨਾਂ ਦਾ ਨਾਂ ਵਰਤ ਕੇ ਮਜ਼ਦੂਰਾਂ ਲਈ ਕਿਸਾਨਾਂ ਲਈ ਕਹਿੰਦੇ ਨੇ ਇਹ ਇੰਨੇ ਹਜ਼ਾਰ ਇੰਨੇ ਕਰੋੜ ਰਾਖਵਾ ਰੱਖਿਆ ਗਿਆ। ਪਰ ਅਸੀਂ ਤਾਂ ਮੰਗਦੇ ਵੀ ਦੇਣਾ ਚਾਹੀਦਾ ਸੀ ਰਾਖਵੇ ਦਾ ਕੀ ਮਤਲਬ, ਕਿਉਂਕਿ ਪਿੱਛੇ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਵੀ ਜਿੰਨਾ ਵੀ ਕਿਸਾਨਾਂ ਦਾ ਕਰਜ਼ਾ ਉਹ ਆੜ੍ਹਤੀ ਦਾ ਹੋਵੇ ਉਹ ਬੈਂਕ ਦਾ ਹੋਵੇ, ਸਮੁੱਚਾ ਕਰਜ਼ਾ ਅਸੀਂ ਮਾਫ਼ ਕਰਾਂਗੇ। ਯਾਨੀ ਕਿ ਬਣਦਾ ਸੀ, ਪਿਛਲੇ ਬਜਟ ਦੇ ਸੈਸ਼ਨ ਦੇ ਦੌਰਾਨ ਵੀ ਬਣਦਾ ਸੀ, ਐਤਕੀ ਬਣਦਾ ਸੀਗਾ। ਜਿਹੜਾ ਵਾਅਦਾ ਕੀਤਾ ਸੀ ਉਹ ਹਰ ਹਾਲ ਦੇ ਵਿੱਚ ਇਹਨਾਂ ਨੇ ਲਾਗੂ ਕਰਨਾ ਸੀ। ਕਿਸਾਨਾਂ ਨੂੰ ਆਸਾਂ ਸੀਗੀਆਂ ਵੀ ਅੱਜ ਦੇ ਬਜਟ ਦੇ ਵਿੱਚ ਕੁਝ ਨਾ ਕੁਝ ਕਿਸਾਨਾਂ ਨੂੰ ਦੇਣਗੇ, ਭਾਅ ਜੀ ਦਿੱਤਾ ਕੁਛ ਨਹੀਂ। ਜੇ ਕਹਿ ਲਈਏ ਲੋਲੀਪੋਪ, ਅੱਜ ਦਾ ਬਜਟ ਕਿਸਾਨਾਂ ਵਾਲੇ ਕੁਝ ਨਹੀਂ ਗਾ। ਮੈਂ ਅੰਗਰੇਜ਼ ਸਿੰਘ ਕਲਿਆਣ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ। ਜਿੱਥੋਂ ਤੱਕ ਵਾਰਾ ਪਸ਼ੂਆਂ ਦਾ ਮਸਲਾ ਜੀ, ਇਹਨਾਂ ਨੇ ਬਿੱਲਾਂ ਦੇ ਵਿੱਚ ਸੈੱਸ ਵੀ ਲਾਇਆ ਅਤੇ ਪਸ਼ੂਆਂ ਦਾ ਜਿਹੜਾ ਮਸਲਾ ਹੈ ਉਹ ਜਿਉਂ ਦਾ ਤਿਉਂ ਖੜ੍ਹਾ। ਪਸ਼ੂਆਂ ਦੇ ਕਾਰਨ ਜਿਹੜੇ ਸਾਡੇ ਖੇਤੀ ਦਾ ਨੁਕਸਾਨ ਹੁੰਦਾ, ਉਹ ਖੇਤੀ ਦੇ ਨੁਕਸਾਨ ਦੇ ਨਾਲ ਹੀ ਸਾਡੀਆਂ ਜਿਹੜੀਆਂ ਕੀਮਤੀ ਮਨੁੱਖੀ ਜਾਨਾਂ ਵੀ ਜਾਂਦੀਆਂ। ਸੜਕਾਂ ਦੇ ਪਸ਼ੂ ਆਉਂਦੇ ਆ ਅਤੇ ਸੜਕਾਂ ਦੇ ਉੱਤੇ ਐਕਸੀਡੈਂਟ ਦਾ ਕਾਰਨ ਬਣਦੇ ਆ। ਅਨੇਕਾਂ ਬੱਚੇ ਜਿਹੜੇ ਇਸ ਦੀ ਭੇਟ ਚੜ੍ਹ ਚੁੱਕੇ ਆ, ਜਿਹੜੀਆਂ ਕੀਮਤੀ ਜਾਨਾਂ ਸਾਡੀਆਂ ਉਹ ਇਸ ਦੀ ਭੇਟ ਚੜ੍ਹ ਚੁੱਕੀਆਂ। ਅਤੇ ਇਸ ਬਜਟ ਦੇ ਵਿੱਚ ਵੀ ਸਰਕਾਰ ਦਾ ਜੋ ਅਵਾਰਾ ਪਸ਼ੂ ਆ, ਅਵਾਰਾ ਕੁੱਤਿਆਂ ਦਾ ਜੋ ਕੋਈ ਹੱਲ ਨਾ ਕਰਨਾ, ਇਹ ਬਹੁਤ ਘਟਾਉਣਾ। ਅਸੀਂ ਇਸ ਦੀ ਨਿੰਦਾ ਕਰਦੇ ਹਾਂ ਅਤੇ ਇਹ ਜਿਹੜਾ ਬਜਟ ਹੈ ਇਸ ਪੱਖੋਂ ਪੂਰੀ ਤਰ੍ਹਾਂ ਕਿਸਾਨੀ ਵਿਰੋਧੀ ਹੈ। ਮੇਰਾ ਨਾਮ ਕਿਰਨਜੀਤ ਕੌਰ ਹੈ ਜੀ। ਅੱਜ ਜਿਹੜਾ ਬਜਟ ਪਾਸ ਕੀਤਾ ਇਹਨਾਂ ਨੇ, ਉਸ 'ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਕੈਪਟਨ ਸਰਕਾਰ ਸੀ ਜਿਹੜੀ, ਇਹਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਬਹੁਤ ਸਾਰੇ ਵਾਅਦੇ ਕੀਤੇ ਸੀ ਵਿਦਿਆਰਥੀਆਂ ਨਾਲ, ਨੌਜਵਾਨਾਂ ਨਾਲ। ਇਹਨਾਂ ਨੇ ਕਿਹਾ ਸੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਅਸੀਂ ਸਮਾਰਟਫੋਨ ਦੇਵਾਂਗੇ। ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਹੋਇਆ, ਬਜਟ ਨਹੀਂ ਰੱਖਿਆ ਹੈਗਾ। ਅਸੀਂ ਚਾਹੁੰਦੇ ਹਾਂ ਵੀ ਜਿਹੜਾ ਲੜਕੀਆਂ ਦੀ ਫ੍ਰੀ ਐਜੂਕੇਸ਼ਨ ਦਾ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਹੋਇਆ, ਉਹਦਾ ਜਲਦ ਤੋਂ ਜਲਦ ਜਿਹੜਾ ਬਜਟ ਜਿਹੜਾ ਰੱਖਿਆ ਜਾਵੇ, ਤਾਂ ਜੋ ਲੜਕੀਆਂ ਦੀ ਜਿਹੜੀ ਫ੍ਰੀ ਐਜੂਕੇਸ਼ਨ ਦੀ ਗੱਲ ਕਹੀ ਸੀ ਵੀ PhD ਤੱਕ ਲੜਕੀਆਂ ਨੂੰ ਫ੍ਰੀ ਪੜ੍ਹਾਇਆ ਜਾਊਗਾ, ਉਹਦੇ ਵਾਸਤੇ ਜਿਹੜਾ ਲੜਕੀਆਂ ਫ੍ਰੀ ਪੜ੍ਹਾਈ ਕਰ ਸਕਣ। ਮੁਨੀਸ਼ ਸ਼ਰਮਾ ਨਾਮ ਹੈ ਜੀ ਮੇਰਾ। ਇਹ ਜਿਹੜਾ ਬਜਟ ਹੈ ਵਪਾਰੀਆਂ ਲਈ ਤਾਂ ਬਹੁਤਾ ਜ਼ਿਆਦਾ ਸਰਕਾਰ ਨੇ ਨਹੀਂ ਸੋਚਿਆ, ਠੀਕ ਹੈ। ਇਹਨਾਂ ਨੇ ਕਰਮਚਾਰੀਆਂ ਲਈ ਬਹੁਤ ਸੋਚਿਆ, ਹੈਲਥ ਬਾਰੇ ਇਹਨਾਂ ਦੇ ਕਈ ਹੈਗੇ ਨੇ ਪੋਜ਼ਿਟਿਵ ਇਸ਼ੂ, ਪਰ ਅਲਟੀਮੇਟਲੀ ਜੇ ਆਪਾਂ ਲਈਏ ਤਾਂ ਇਹਨਾਂ ਨੇ ਵਪਾਰੀਆਂ ਲਈ ਕੋਈ ਬਹੁਤਾ ਜ਼ਿਆਦਾ ਇਹਨਾਂ ਨੂੰ ਪੈਕੇਜ ਦੇਣੇ ਚਾਹੀਦੇ ਸੀ, ਕਿਉਂਕਿ ਵਪਾਰ ਬਹੁਤ ਪ੍ਰੈਸ਼ਰ 'ਚ ਹੈ ਇਸ ਟਾਈਮ, ਸਾਰੀ ਬਹੁਤ ਮੰਦੇ ਦੇ ਵਿੱਚ ਹੈ ਵਪਾਰ। ਸਰਕਾਰ ਨੂੰ ਚਾਹੀਦਾ ਸੀ ਕਿ ਥੋੜ੍ਹਾ ਵਪਾਰੀਆਂ ਦੀ ਪਿੱਠ 'ਤੇ ਹੱਥ ਰੱਖੇ ਤਾਂ ਕਿ ਵਪਾਰ ਪ੍ਰੋਪਰ ਤਰੀਕੇ ਨਾਲ ਚੱਲ ਸਕੇ। ਜਿੱਦਾਂ ਪੰਜਾਬ ਬਹੁਤ ਵੱਡਾ ਹੱਬ ਹੈ ਇਹਦੇ, ਔਰ ਲੁਧਿਆਣਾ, ਇਹ ਸਾਰੇ ਪੰਜਾਬ ਦੇ ਵਪਾਰੀਆਂ ਨੂੰ ਸੈੱਟ ਹੋਣ ਲਈ ਸਰਕਾਰ ਵੱਲੋਂ ਕੁਛ ਇਨੀਸ਼ੀਏਟਿਵ ਦੀ ਲੋੜ ਹੈ। ਸਰਕਾਰ ਅਗਰ ਇਨੀਸ਼ੀਏਟਿਵ ਲਊਗੀ ਤਾਂ ਜਿਹੜਾ ਵਪਾਰੀ ਹੈ ਪ੍ਰੋਪਰਲੀ ਤਰੱਕੀ ਕਰ ਪਾਊਗਾ, ਤਾਂ ਹੀ ਵਪਾਰ ਵਧੂਗਾ, ਵਪਾਰੀ ਤਰੱਕੀ ਕਰੂਗਾ, ਤਾਂ ਹੀ ਪੰਜਾਬ ਤਰੱਕੀ ਕਰੂਗਾ। ਬਸ ਮੈਂ ਇਹੀ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਵਪਾਰੀਆਂ ਦੇ ਜ਼ਰੂਰ ਧਿਆਨ 'ਚ ਰੱਖੇ ਜਾਣ, ਵਪਾਰ ਲਈ ਵਪਾਰੀਆਂ ਲਈ ਕੁਛ ਨਾ ਕੁਛ ਇਹੋ ਜਿਹੇ ਪੈਕੇਜ ਲਿਆਉਣ ਜਿਹਦੇ ਨਾਲ ਪੰਜਾਬ 'ਚ ਵਪਾਰ ਵਧੇ, ਵਪਾਰੀ ਵਧੇ ਫੁੱਲੇ, ਤਾਂ ਹੀ ਪੰਜਾਬ ਵਧੇ ਫੁੱਲੇਗਾ।
ਮੇਰਾ ਨਾਮ ਗੁਰਬਚਨਪਾਲ ਸਿੰਘ ਹੈ ਜੀ। ਇਹਦੇ ਬਾਰੇ ਜ਼ਿਆਦਾ ਤਾਂ ਨਹੀਂ ਪੜ੍ਹਿਆ, ਲੇਕਿਨ ਜਿਹੜਾ ਕੁਛ ਸਮਝ ਲੱਗੀ ਹੈ ਉਹਦੇ ਹਿਸਾਬ ਨਾਲ ਜਿਹੜਾ ਇਹਨਾਂ ਨੇ ਲੁਧਿਆਣੇ ਵਾਸਤੇ ਕੀਤਾ ਕਿ ਜਿਹੜਾ ਪੋਲਿਊਸ਼ਨ ਫਰੀ ਕਰਨ ਲਈ ਜਿਹੜੇ ਪੈਕੇਜ ਦਿੱਤਾ ਉਹ ਥੋੜ੍ਹਾ ਬੈਟਰ ਲੱਗਦਾ, ਲੇਕਿਨ ਆਮ ਜਿਹੜੀ ਨੋਰਮਲ ਆਮ ਬੰਦੇ ਲਈ, ਆਮ ਪੰਜਾਬ ਦੇ ਆਮ ਲੋਕਾਂ ਲਈ, ਕਿਉਂਕਿ ਵਪਾਰੀ ਜਿੱਦਾਂ ਕਹਿ ਰਹੇ ਆ, ਵਪਾਰੀ ਦੇ ਨਾਲ ਹੀ ਕੰਸਰਨ ਹਰ ਬੰਦੇ ਦਾ, ਹਰ ਬੰਦੇ ਨੇ ਦੁਕਾਨ ਤੋਂ ਚੀਜ਼ ਲੈਣੀ ਹੈ। ਆ ਨੋਰਮਲ ਬੰਦੇ ਲਈ ਕੋਈ ਸਹੂਲਤ ਨਹੀਂ ਹੈ ਦਿੱਤੀ ਗਈ, ਸਿਰਫ ਇਹਨਾਂ ਲਈ ਠੀਕ ਕੀਤਾ ਗਿਆ ਜਿਹੜਾ ਕਿ ਹੈਲਥ ਲਈ ਠੀਕ ਕੀਤਾ ਗਿਆ, ਠੀਕ ਹੈ ਨਾ। ਆਮ ਉਹਦੀ ਫੇਰਬਦਲ ਨਹੀਂ ਹੈ ਕੋਈ ਖਾਸ, ਜੋ ਮੈਂ ਪੜ੍ਹਿਆ ਨਹੀਂ ਹੈ ਹਲੇ, ਜਿੰਨਾ ਕੁ ਪਤਾ ਲੱਗਾ। ਸਰ ਸਾਰੀ ਗੱਲ ਠੀਕ ਹੈ, ਜਿਹੜੀ ਮੇਨ ਹੈ ਵੀ ਜਿਹੜੀ ਪੜ੍ਹਾਈ ਵਾਸਤੇ ਸੋਚਿਆ ਗਿਆ ਬਹੁਤ ਅੱਛਾ ਸੋਚਿਆ ਗਿਆ, ਅਤੇ ਜਿਹੜਾ ਸਰਕਾਰ ਨੇ ਮੇਨ ਕੀਤਾ ਹੈਗਾ ਵਪਾਰੀਆਂ ਵਾਸਤੇ ਗਲਤ ਕਰਤਾ ਥੋੜ੍ਹਾ ਜਿਹਾ, ਉਹਦੇ ਵਾਸਤੇ ਵੀ ਉਨਾ ਹੀ ਸੋਚਣ ਜਿੰਨੀਆਂ ਬਾਕੀ ਗੱਲਾਂ ਬਾਰੇ ਸੋਚਿਆ ਗਿਆ ਵੀ। ਮੈਂ ਪਰਮਿੰਦਰ ਮਹਿਤਾ, ਅੱਜ ਦਾ ਜੋ ਬਜਟ ਆਇਆ ਹੈ ਉਹ 'ਚ ਜੇ ਅਸੀਂ ਵਿਸਤਾਰ ਨਾਲ ਝਾਤੀ ਮਾਰੀਏ ਤਾਂ ਖੇਤ ਮਜ਼ਦੂਰ ਤੋਂ ਲੈ ਕੇ ਵੱਡੇ ਉਦਯੋਗਪਤੀ ਤੱਕ ਚੌਮੁਖੀ ਵਿਕਾਸ ਨੂੰ ਮੱਦੇਨਜ਼ਰ ਰੱਖਦੇ ਹੋਏ ਵਿੱਤ ਮੰਤਰੀ ਜੀ ਨੇ ਇਹ ਬਜਟ ਪੇਸ਼ ਕੀਤਾ, ਜਿਹਦੇ 'ਚ ਜਿੱਥੇ ਖੇਤ ਮਜ਼ਦੂਰ ਦੇ ਰਾਖਵੇਂ ਲਈ, ਕਿਸਾਨ ਦੇ ਰਾਖਵੇਂ ਲਈ, ਵਿਦਿਆਰਥੀ ਦੇ ਰਾਖਵੇਂ ਲਈ, ਮਹਿਲਾ ਦੇ ਰਾਖਵੇਂ ਲਈ, ਬਜ਼ੁਰਗਾਂ ਦੇ ਰਾਖਵੇਂ ਲਈ, ਔਰ ਨਵੀਂ ਯੂਨੀਵਰਸਿਟੀਆਂ ਜਿੱਦਾਂ ਲਾਜ ਯੂਨੀਵਰਸਿਟੀ, ਖੇਤੀਬਾੜੀ ਯੂਨੀਵਰਸਿਟੀ, ਇਹਦੇ ਨਾਲ ਨਾਲ 12 ਤੱਕ ਜੋ ਮੁਫਤ ਪੜ੍ਹਾਈ ਦਾ ਤੀਜਿਆਂ ਨੇ ਫੋਕਲ ਪੁਆਇੰਟ ਦੀ ਉਸਾਰੀ ਲਈ, ਸ਼ਹਿਰੀ ਅਤੇ ਦਿਹਾਤੀ ਦੀ ਉਸਾਰੀ ਲਈ, ਪੰਚਾਇਤਾਂ ਤੱਕ ਜੋ ਉਹਨਾਂ ਨੇ ਆਪਣੇ ਬਜਟ 'ਚ ਰਾਖਵਾਂ ਰੱਖਿਆ, ਉਹਦੇ ਤੋਂ ਇਹੀ ਲੱਗਦਾ ਹੈ ਕਿ ਉਹਨਾਂ ਨੇ ਹਰ ਵਰਗ ਨੂੰ, ਹਰ ਸੈਕਟਰ ਨੂੰ ਮੁੱਖ ਰੱਖਦੇ ਹੋਏ ਉਹਦੀ ਬਿਹਤਰੀ ਲਈ ਇਹ ਬਜਟ ਲਿਆਂਦਾ, ਜਿਹੜਾ ਸਾਡੇ ਪੰਜਾਬ ਦੀ ਤਰੱਕੀ 'ਚ ਬਹੁਤ ਜ਼ਿਆਦਾ ਸਹਾਇਕ ਹੋਏਗਾ। ਮੈਂ ਸੀਨੀਅਰ ਸਿਟੀਜਨ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਪ੍ਰਾਣ ਭਾਟੀਆ, ਅੱਜ ਦੇ ਬਜਟ ਨੂੰ ਦੇਖ ਕੇ ਅਤੇ ਕੁਛ ਖੁਸ਼ੀ ਅਤੇ ਕੁਛ ਨਿਰਾਸ਼ਾ ਹੋਈ। ਖੁਸ਼ੀ ਇਸ ਕਰਕੇ ਹੋਈ ਕਿ ਜਿਹੜੇ ਵਾਅਦੇ ਕੀਤੇ ਅੱਗੇ ਕਿ ਤਾਂ ਅੱਜ ਤੱਕ ਕਦੀ ਪੂਰੇ ਹੋਏ ਨਹੀਂ, ਲੇਕਿਨ ਜੇ ਹੁਣ ਹੋ ਜਾਣ ਤਾਂ ਮੈਂ ਸਮਝਣਾ ਬੜੀ ਗਨੀਮਤ ਹੈ। ਔਰ ਦੂਸਰਾ ਇਹ ਕਿ ਜਿਹੜੇ ਫੰਡ ਨੂੰ ਇਹ ਗਲਤ ਇਸਤੇਮਾਲ ਕਰ ਰਹੇ ਹੈ, ਜਦੋਂ MLA ਚੁਣੇ ਜਾਂਦਾ ਉਹ ਵਾਅਦੇ ਕਰਦਾ ਕਿ ਮੈਂ ਲੋਕਾਂ ਦੀ ਸੇਵਾ ਕਰਨੀ ਹੈ, ਲੇਕਿਨ ਜਦੋਂ ਉਹਨਾਂ ਦਾ ਭੱਤੇ ਵਧਾਉਣ ਦੀ ਗੱਲ ਆਉਂਦੀ ਹੈ, ਜਦੋਂ ਉਹਨਾਂ ਦੀਆਂ ਤਨਖਾਹਾਂ ਵਧਾਉਣ ਦੀ ਗੱਲ ਆਉਂਦੀ ਹੈ ਤਾਂ ਭੰਗੜੇ ਪਾਉਣ ਲੱਗ ਜਾਂਦੇ ਹੈ, ਔਰ ਤਨਖਾਹਾਂ ਡਬਲ ਕੀਤੀਆਂ ਜਾਂਦੀਆਂ ਨੇ, ਉਹ ਸੇਵਾ ਕਰਨ ਜਾਂਦੇ ਆ ਜਾਂ ਆਪਣਾ ਘਰ ਭਰਨ ਜਾਂਦੇ ਹੈ, ਇਸ ਗੱਲ ਦੀ ਸਮਝ ਨਹੀਂ। ਅੱਜ ਲੁਧਿਆਣੇ ਸ਼ਹਿਰ ਦੇ ਅੰਦਰ ਇੰਨਾ ਬੁਰਾ ਹਾਲ ਹੈ, ਜਗ੍ਹਾ ਜਗ੍ਹਾ ਜਾਮ ਲੱਗੇ ਨੇ, ਸੜਕਾਂ ਦਾ ਬੁਰਾ ਹਾਲ ਹੈ, ਸੜਕਾਂ 'ਤੇ ਪੈਚ ਇੱਦਾਂ ਲਗਾ ਰਹੇ ਨੇ ਜਿਵੇਂ ਕਿਸੇ ਵਿਚਾਰੇ ਭਿਖਾਰੀ ਦੇ ਕੁੜਤੇ 'ਤੇ ਪਾਬੰਦ ਲੱਗੇ ਹੁੰਦੇ ਹੈ, ਔਰ ਬੁਰਾ ਹਾਲ ਹੈ ਸੜਕਾਂ ਦਾ, ਜਿੱਧਰ ਚਲੇ ਜਾਓ ਕੋਈ ਨਾ ਕੋਈ ਸਕੂਟਰ ਸਲਿੱਪ ਹੋ ਜਾਂਦਾ, ਕਿਸੇ ਦੀ ਕਾਰ ਵਿੱਚ ਵੱਜੀ ਜਾਂਦੀ ਹੈ, ਇੰਨਾ ਬੁਰਾ ਹਾਲ ਹੈ। ਮੈਂ ਸਮਝਦਾ ਕਿ ਅਗਰ ਇਹ ਬਜਟ ਇਹਨਾਂ ਨੇ ਇਮਾਨਦਾਰੀ ਦੇ ਨਾਲ ਪੇਸ਼ ਕੀਤਾ ਹੈ, ਜਿਹੜਾ ਕਿ ਕੁਛ ਲੋਕ ਇਸ ਵਾਸਤੇ ਹੋ ਸਕਦਾ, ਤਾਂ ਬੜੀ ਖੁਸ਼ੀ ਦੀ ਗੱਲ ਹੈ, ਲੇਕਿਨ ਜੇ ਝੂਠਾ ਵਾਅਦਾ ਹੈ ਤਾਂ ਫਿਰ ਅਗਲੇ ਸਾਲ ਇਹਦੇ ਬਾਰੇ ਸਾਰਿਆਂ ਨੂੰ ਪਤਾ ਲੱਗ ਹੀ ਜਾਏਗਾ। ਅੱਜ ਦੇ ਬਜਟ 'ਤੇ ਇਹ ਮੇਰੀ ਤਾਂ ਇਹ ਰਾਏ ਹੈ ਕਿ ਇਹ ਸਿਰਫ ਇੱਕ ਝੂਠ ਦਾ ਪਲੰਦਾ ਹੈ। ਮੈਂ ਚੰਦਰ ਮੋਂਗਾ, ਸੀਨੀਅਰ ਸਿਟੀਜ਼ਨ, ਲੁਧਿਆਣਾ ਦਾ ਨਿਵਾਸੀ ਹਾਂ। ਅੱਜ ਦਾ ਪੰਜਾਬ ਦਾ ਬਜਟ ਜਿੰਨੀ ਕੁ ਸੂਚਨਾ ਮਿਲੀ ਹੈ, ਇਸ ਤਰ੍ਹਾਂ ਲੱਗਦਾ ਮਰਜ਼ ਵਰਤਾ ਹੀ ਗਿਆ ਜਿਉਂ ਜਿਉਂ ਦਵਾ ਕੀ। 2010-11 ਦੇ ਵਿੱਚ ਪੰਜਾਬ ਦੇ ਬਜਟ ਘਾਟਾ 74,000 ਕਰੋੜ ਦੇ ਲਗਭਗ ਸੀ, ਜਿਹੜਾ ਕਿ ਹੁਣ ਵੱਧ ਕੇ ਇੰਨਾ ਕੁ ਵੱਧ ਗਿਆ ਕਿ ਸਾਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਪੂਰਾ ਕਿਵੇਂ ਕਰਨਗੇ। ਪਿਛਲੇ ਸਾਲ ਔਰ ਇਸ ਸਾਲ ਦੇ ਬਜਟ ਦਾ ਫਿਰ 35-36,000 ਕਰੋੜ ਰੁਪਈਏ ਘਾਟਾ ਇਹਨਾਂ ਨੇ ਹੋਰ ਵਧਾ ਕੇ ਦੱਸਿਆ। ਜੇ ਇਸੇ ਤਰ੍ਹਾਂ ਘਾਟਾ ਹੀ ਵਧਾਈ ਜਾਣਾ ਤਾਂ ਉਸ ਬਜਟ ਦਾ ਕੋਈ ਫਾਇਦਾ ਤਾਂ ਨਜ਼ਰ ਆਉਂਦਾ ਨਹੀਂ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਿਰਫ ਪੰਜਾਬ ਲੁਧਿਆਣਾ ਦੀ ਨਹੀਂ, ਪੰਜਾਬ ਦੀ ਨਹੀਂ, ਹਿੰਦੁਸਤਾਨ ਦਾ ਇੱਕ ਐਸੈਟ ਹੈ। ਐਡੀ ਵੱਡੀ ਯੂਨੀਵਰਸਿਟੀ ਵਾਸਤੇ ਸਿਰਫ 10 ਕਰੋੜ ਰੁਪਏ ਦਾ ਪ੍ਰੋਵੀਜ਼ਨ ਰੱਖਿਆ ਗਿਆ, ਤਾਂ ਫਿਰ ਹਾਲਾਤ ਵੱਧ ਤੋਂ ਵੱਧਤਰ ਹੁੰਦੇ ਆ ਜਾ ਰਹੇ ਨੇ, ਕੋਈ ਕਾਬੂ ਨਹੀਂ ਕੀਤਾ ਜਾ ਸਕਦਾ ਹਾਲਾਤ ਦੇ ਨਾਲ, ਸਮਝੌਤਾ ਨਹੀਂ ਕੀਤਾ ਜਾ ਸਕਦਾ। ਸਿਰਫ ਤਨਖਾਹਾਂ ਵਧਾਉਣ ਨਾਲ MLAs ਦੀਆਂ ਮੈਨੂੰ ਨਹੀਂ ਸਮਝ ਆਉਂਦੀ ਕਿ ਜਿਹੜੇ ਸੇਵਾ ਕਰਨ ਵਾਸਤੇ ਆਪਣਾ ਇਲੈਕਸ਼ਨ ਲੜਦੇ ਨੇ, ਚੁਣਾਵ ਲੜ ਕੇ ਆਉਂਦੇ ਨੇ, ਉਹ ਲੋਕ ਆ ਕੇ ਆਪਣੀਆਂ ਤਨਖਾਹਾਂ ਦੇ ਉੱਤੇ ਜ਼ੋਰ ਦਿੱਤਾ ਜਾਂਦਾ, ਅਤੇ ਬਾਕੀ ਆਮ ਪਬਲਿਕ ਬਾਰੇ ਕਿਸੇ ਨੂੰ ਕੋਈ ਧਿਆਨ ਹੀ ਨਹੀਂ। ਬਿਜਲੀ ਦਾ ਰੇਟ ਪੰਜਾਬ ਸਰਕਾਰ ਜਦੋਂ 3 ਸਾਲ ਪਹਿਲਾਂ ਹੋਂਦ 'ਚ ਆਈ ਸੀ ਉਦੋਂ ਇਹਨਾਂ ਨੇ ਕਿਹਾ ਸੀ 5 ਰੁਪਈਏ ਯੂਨਿਟ ਬਿਜਲੀ ਦਿੱਤੀ ਜਾਏਗੀ, ਲੇਕਿਨ ਇੰਨੀਆਂ ਰੀਪ੍ਰਜੈਂਟੇਸ਼ਨਸ ਵਪਾਰੀ ਦੇ ਚੁੱਕੇ ਨੇ, ਅੱਜ ਤੱਕ ਨਾ ਤਾਂ 5 ਰੁਪਏ ਯੂਨਿਟ ਕੀਤਾ ਗਿਆ, ਔਰ ਜੋ ਰੇਟਸ ਜਿਸ ਸਲੈਬ ਅੱਜ ਵੀ ਚੱਲ ਰਿਹਾ ਉਹ ਵੀ ਸਮਝ ਤੋਂ ਬਾਹਰ ਹੈ। ਮੇਰਾ ਨਾਮ ਰਾਧੇਸ਼ਾਮ ਆਹੂਜਾ ਜੀ,
ਜਿੱਥੇ ਤੱਕ ਬਜਟ ਦੇਖ ਕੇ ਇਹ ਪਤਾ ਲੱਗਦਾ ਕਿ ਇੰਡਸਟਰੀ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ ਗਈ। ਇੰਡਸਟਰੀ ਨੂੰ ਧਿਆਨ 'ਚ ਰੱਖਣਾ ਰੱਖ ਕੇ ਪਹਿਲੀ ਗੱਲ, ਹੁਣ ਸਮਾਂ ਐਸਾ ਕਿ ਜੇ ਇੰਡਸਟਰੀ ਦਾ ਧਿਆਨ ਨਹੀਂ ਰੱਖਣਗੇ ਤਾਂ ਪੰਜਾਬ ਪਿੱਛੇ ਨੂੰ ਚਲਾ ਜਾਏਗਾ। ਇਹ ਗੱਲ ਠੀਕ ਹੈ, ਕਿਸਾਨਾਂ ਲਈ ਵੀ ਰੱਖਣਾ ਜ਼ਰੂਰੀ ਹੈ, ਲੇਕਿਨ ਇੰਨਾ ਵੀ ਨਹੀਂ ਹੈ ਕਿ ਇੰਡਸਟਰੀ ਨੂੰ ਇਗਨੋਰ ਕਰਨਗੇ। ਇੰਡਸਟਰੀ ਨਹੀਂ ਹੋਏਗੀ ਤਾਂ ਉੱਦਾਂ ਹੀ ਪਿੱਛੇ ਜਾਏਗਾ। ਇੰਡਸਟਰੀ ਲਈ ਇਹਨਾਂ ਨੇ 2 ਸਾਲ ਲਈ ਉਹ ਕੀਤਾ, CLU ਰੋਕ ਬੰਦ ਕੀਤੀ ਹੈ, ਉਹ ਵਧੀਆ ਕੀਤਾ ਕੰਮ। ਲੇਕਿਨ ਕੁੱਲ ਮਿਲਾ ਕੇ ਅਗਰ ਆਪਾਂ ਕਹਿ ਦਈਏ, ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਇੱਕ ਬੜਾ ਵੱਡਾ ਜ਼ਰੂਰੀ ਮੁੱਦਾ ਸੀ ਉਹ ਸੀ ਬਿਜਲੀ। ਬਿਜਲੀ ਦੇ ਉੱਤੇ, ਇਲੈਕਟ੍ਰਿਸਿਟੀ ਦੇ ਉੱਤੇ ਇਹਨਾਂ ਨੇ ਨਾ ਤਾਂ ਕੋਈ ਛੋਟੇ ਬੰਦਿਆਂ ਨੂੰ, ਨਾ ਮੀਡੀਅਮ ਤਬਕੇ ਨੂੰ, ਨਾ ਕਿਸੇ ਗਊਸ਼ਾਲਾ ਨੂੰ ਜੋ ਗਊ ਸੈਸ ਲੈਂਦੇ ਉਹਦੇ ਅਗੇਂਸਟ ਕੋਈ ਪੋਲਿਸੀ ਐਸੀ ਦਿੱਤੀ ਹੈ, ਉਹਦੇ ਸੈਸ ਕਰਕੇ ਗਊਸ਼ਾਲਾ ਨੂੰ ਬਿਜਲੀਆਂ ਮਾਫ਼ ਕਰਨ ਵਾਸਤੇ ਖੁੱਲ੍ਹੇ ਐਲਾਨ ਹੋਣਾ ਚਾਹੀਦਾ ਸੀ। ਇਸ ਤੋਂ ਇਲਾਵਾ ਇੰਡਸਟਰੀ ਵਾਸਤੇ ਰੇਟ ਘੱਟ ਹੋਣੇ ਚਾਹੀਦੇ ਸੀ, ਸਾਰੇ ਕੰਟਰੀ ਦੇ ਨਾਲੋਂ ਸਾਡੇ ਰੇਟ ਜ਼ਿਆਦਾ। ਇੱਥੇ ਬਿਜਲੀ ਦੇ ਰੇਟ ਜਿਹੜੇ ਘੱਟ ਦਿੱਤੇ, ਨਹੀਂ ਕੀਤੇ, ਇਹ ਬਹੁਤ ਮੰਦਭਾਗੀ ਗੱਲ ਹੈ। ਮੈਂ ਜੀ ਰਮੇਸ਼ ਕੁਮਾਰ ਜੇਤਲੀ, ਰਿਟਾਇਰਡ SDO PWD ਪਬਲਿਕ ਹੈਲਥ। ਅੱਜ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਬਜਟ ਪੇਸ਼ ਕੀਤਾ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਸਾਹਮਣੇ ਦੇਖੋ, ਜਿਹੜਾ ਬਜਟ ਪੰਜਾਬ ਸਰਕਾਰ ਨੇ ਪੇਸ਼ ਕੀਤਾ, ਇਹਦੇ ਵਿੱਚ ਪੰਜਾਬ ਦੀ ਜਿਹੜੀ ਫਾਈਨੈਂਸ਼ੀਅਲ ਮਾਲੀ ਹਾਲਤ ਸੀ ਉਹਨੂੰ ਸੁਧਾਰਨ ਦੇ ਯਤਨ ਤਾਂ ਕੀਤੇ ਗਏ ਆ, ਪਰ ਕਿਉਂਕਿ ਅਸੀਂ ਮੁਲਾਜ਼ਮ ਹਾਂ, ਅਸੀਂ ਰਿਟਾਇਰਡ ਮੁਲਾਜ਼ਮ, ਅਸੀਂ ਮੁਲਾਜ਼ਮਾਂ ਬਾਰੇ ਬਹੁਤੀ ਗੱਲ ਕਰਾਂਗੇ। ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਕੋਲੋਂ ਪਿਛਲੇ 3 ਸਾਲਾਂ 'ਚ ਕੁਛ ਨਹੀਂ ਮਿਲਿਆ। DA ਦੀਆਂ ਕਿਸ਼ਤਾਂ ਵਾਸਤੇ ਵੀ ਬੜੇ ਯਤਨ ਕਰਨੇ ਪਏ, ਅਖੀਰ 'ਤੇ ਪੈਨਸ਼ਨਰਾਂ ਨੂੰ ਵੀ ਹੁਣ ਰੋਡ 'ਤੇ ਆ ਕੇ ਜਲੂਸ ਕੱਢਣੇ ਪਏ ਅਤੇ ਸਰਕਾਰ ਦਾ ਸਿਆਪਾ ਕਰਨਾ ਪਿਆ, ਔਰ ਉਹਨੂੰ 6% ਦਾ ਇੱਕ ਲੋਲੀਪੋਪ ਦੇ ਕੇ ਏਰੀਅਰ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਇਕੱਲੇ ਇਕੱਲੇ ਮੁਲਾਜ਼ਮ ਦਾ 1-1 ਲੱਖ ਰੁਪਈਆ ਸਰਕਾਰ ਵੱਲ ਏਰੀਅਰ ਪਿਆ, ਉਦੋਂ ਉਹਨੂੰ ਦੇਣ ਵਾਸਤੇ ਬਜਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਕੀਤੀ ਗਈ। ਜਿੱਥੋਂ ਤੱਕ 58 ਸਾਲ ਕੀਤੇ ਆ ਉਹਦੀ ਅਸੀਂ ਸਲਾਹ ਕਰਦੇ ਹਾਂ ਕਿ ਉਹ ਚੰਗਾ ਕੀਤਾ, ਐਕਸਟੈਂਸ਼ਨ ਅਲੱਗ ਗੰਦ ਬੰਦ ਕੀਤਾ ਗਿਆ, ਕਿਉਂਕਿ ਇਹਦੇ ਨਾਲ ਨਵੇਂ ਮੁੰਡਿਆਂ ਨੂੰ, ਆਉਣ ਵਾਲੀ ਪੀੜ੍ਹੀ ਜਿਹੜੀ ਅਗਲਾ ਭਵਿੱਖ ਹੈਗਾ, ਉਹਨਾਂ ਨੂੰ ਨੌਕਰੀਆਂ ਮਿਲਣਗੀਆਂ। ਉਹ ਕਿਸੇ ਉਹਦੇ ਵਿੱਚ ਇਹ ਸੋਚ ਉਹਦੀ ਚੰਗੀ ਹੈ ਕਿ ਕਿਸ ਤਰ੍ਹਾਂ ਕਿਸੇ ਇੱਕ ਮੁਲਾਜ਼ਮ ਕੋਈ ਲੱਖ ਰੁਪਈਆ ਤਨਖਾਹ ਲੈ ਕੇ ਰਿਟਾਇਰ ਹੋ ਕੇ 50,000 ਪੈਨਸ਼ਨ ਲੈਂਦਾ, ਜਿਹੜਾ 50,000 ਬਚਦਾ ਉਹਦੇ 'ਚ ਨਵੇਂ ਮੁੰਡਿਆਂ ਨੂੰ, ਕਿਉਂਕਿ ਇਹਨਾਂ ਨੇ 3 ਸਾਲ ਬੇਸਿਕ ਪੇ ਦੇਣੀ ਹੈ, ਉਹ ਤਿੰਨ ਮੁੰਡਿਆਂ ਨੂੰ ਨੌਕਰੀ ਮਿਲ ਸਕਦੀ ਹੈ। ਇਸ ਕਰਕੇ ਇਹ ਕਦਮ ਦੀ ਅਸੀਂ ਸ਼ਲਾਘਾ ਕਰ ਰਹੇ ਹਾਂ, ਅਤੇ ਨਾਲ ਦੇ ਨਾਲ ਹੋਰ ਬਾਕੀ ਪਹਿਲੂ ਜਿਹੜੇ ਆ ਹੈਲਥ ਵਾਸਤੇ, ਇਹਦੇ ਵਾਸਤੇ ਐਜੂਕੇਸ਼ਨ ਵਾਸਤੇ, ਹੈਲਥ ਵਾਸਤੇ ਕੋਈ ਪ੍ਰੋਵੀਜ਼ਨਾਂ ਚੰਗੀਆਂ ਕੀਤੀਆਂ, ਇੰਨੀ ਕੁ ਆਪਣੀ ਸੋਚ ਹੈ, ਇੰਨੀ ਕੁ ਅਸੀਂ ਗੱਲ ਸੁਣੀ ਆ। ਕੋਈ ਹੋਰ ਸਵਾਲ, ਕੋਈ ਸਪੈਸੀਫਿਕ ਸਵਾਲ ਹੈਗਾ, ਉਹ ਜਵਾਬ ਤਾਂ ਦੇ ਦੇਣੇ। ਹਾਂਜੀ, ਮੈਂ ਰਣਜੀਤ ਸਿੰਘ ਜੀ, SDO ਰਿਟਾਇਰਡ, ਕਿਉਂਕਿ ਅਸੀਂ ਮੁਲਾਜ਼ਮ ਹਾਂ, ਮੁਲਾਜ਼ਮਾਂ ਦੀ ਮੇਨ ਮੰਗ ਸੀਗੀ, ਉਹਦੇ ਬਾਰੇ ਇਹਨੇ ਅੱਜ ਤੱਕ ਤਾਂ ਕੁਝ ਕੀਤਾ ਨਹੀਂ। ਚਲੋ 6% ਇਹਨੇ ਆ DA ਦੀ ਕਿਸ਼ਤ ਦਿੱਤੀ ਹੈ, ਚਲੋ ਕੁਝ ਨਾ ਕੁਝ ਆਪਾਂ ਕਹਿ ਸਕਦੇ ਹਾਂ ਵੀ ਚਲੋ ਸ਼ੁਰੂਆਤ ਇਹਨੇ ਕੀਤੀ ਹੈ, ਸ਼ਾਇਦ ਕੋਈ ਅਗਲੇ 2 ਸਾਲਾਂ 'ਚ ਕੋਈ ਨਾ ਕੋਈ ਕਰਦੇ, ਬਾਕੀ ਹੋਰ ਕੋਈ ਉਮੀਦ ਤਾਂ ਹੈ ਨਹੀਂ ਕੋਈ। ਬਾਕੀ ਪੇ ਕਮਿਸ਼ਨ ਦੇ ਬਾਰੇ ਅਜੇ ਕੋਈ ਇਹਨੇ ਮਤਲਬ ਗੱਲਬਾਤ ਨਹੀਂ ਕੀਤੀ, ਉਹਦਾ ਕੋਈ ਮਸਲਾ ਉਠਾਇਆ ਹੀ ਨਹੀਂਗਾ, ਕੋਈ ਬਜਟ ਪ੍ਰੋਵੀਜ਼ਨ ਨਹੀਂ ਰੱਖੀ ਉਹ, ਦੇਖੋ ਕਿਸੇ 16 ਤੋਂ ਡਿਊ ਹੋਇਆ ਅਤੇ 20 ਆ ਗਈ ਹੈ, ਅਤੇ ਅਜੇ ਤੱਕ ਕੁਛ ਨਹੀਂ ਉਹਦਾ ਕੀਤਾ ਗਿਆ, ਅਤੇ ਇਹ ਵੀ ਇੱਕ ਬਹੁਤ ਮਤਲਬ ਅਸੀਂ ਕੰਡੈਮ ਕਰਦੇ ਇਸ ਚੀਜ਼ ਨੂੰ। ਅਤੇ ਬਾਕੀ ਚਲੋ, ਬਾਕੀ ਜਿੰਨੇ ਮਸਲੇ ਆ, ਕੋਈ ਕਰਜ਼ੇ ਮਾਫੀ ਦੇ ਆ, ਖੇਤੀਬਾੜੀ ਦੇ ਆ, ਉਹਨਾਂ ਚੀਜ਼ਾਂ ਬਾਰੇ ਚਲੋ ਸਾਡਾ ਬਹੁਤਾ ਮਤਲਬ ਧਿਆਨ ਨਹੀਂ ਹੁੰਦਾ, ਇਸ ਕਰਕੇ ਅਸੀਂ ਬਹੁਤੀ ਲੰਬੀ ਚੌੜੀ ਉਹਦੇ 'ਤੇ ਗੱਲਬਾਤ ਨਹੀਂ ਕਰ ਸਕਦੇ। ਮੁਲਾਜ਼ਮਾਂ ਦੇ ਮਸਲੇ ਜਿਹੜੇ ਉਹ ਸਾਡੇ ਨਾਲ ਹਮੇਸ਼ਾ ਜਿਹੜੇ ਆ ਇਨਵੋਲਵ ਹੁੰਦੇ ਆ, ਉਹਦੀ ਗੱਲ ਹੀ ਮੇਨ ਸਾਨੂੰ ਅਸੀਂ ਸੁਣਿਆ ਵੀ ਬਹੁਤਾ ਉਹਦੇ ਕਰਕੇ ਹੀ ਆ, ਅਤੇ ਉਹ ਗੱਲ ਜੋ ਆ ਮਤਲਬ ਅਸੀਂ ਸਮਝਦੇ ਵੀ ਉਹ ਤੁਹਾਨੂੰ ਦੱਸ ਦਿੱਤੀ ਗਈ, ਉਹਦੇ ਮੁਤਾਬਕ ਹੀ ਆ ਬਸ। ਮੇਰਾ ਨਾਮ ਭੁਪਿੰਦਰਪਾਲ ਸਿੰਘ, ਰਿਟਾਇਰਡ SDO PWD ਪਬਲਿਕ ਹੈਲਥ ਤੋਂ ਬੋਲ ਰਿਹਾ। ਬਜਟ ਤੋਂ ਪੰਜਾਬ ਸਰਕਾਰ ਉਹ ਕੀ ਉਮੀਦਾਂ ਰੱਖਣੀਆਂ, ਲੱਖ ਲੱਖ ਰੁਪਈਆ ਏਰੀਅਰ ਗੌਰਮੈਂਟ ਮੁਲਾਜ਼ਮਾਂ ਪਿਆ ਸੀ, ਸਿਰਫ 6% ਦੇ ਕੇ ਉਹਨੇ ਆਪਣਾ ਪੱਲਾ ਹੀ ਝਾੜਿਆ ਆ, ਲਾਲੀਪੋਪ ਦੇ ਦਿੱਤਾ ਇੱਕ, ਨਾ ਕੋਈ ਇਹਨਾਂ ਨੇ ਪੈਨਸ਼ਨ ਵਧਾਈ ਆ, ਨਾ ਕੋਈ ਸੀਨੀਅਰ ਸਿਟੀਜ਼ਨ ਵਾਸਤੇ ਕੀਤਾ ਆ, ਅਤੇ ਬਾਕੀ ਜਿਹੜੇ 58 ਸਾਲ ਉਮਰ ਕੀਤੀਆਂ ਨੇ ਇਹ ਬਹੁਤ ਵਧੀਆ ਕੀਤਾ ਆ, ਵੀ ਚਲੋ ਨਵੇਂ ਬੱਚਿਆਂ ਨੂੰ ਆਉਣ ਲੱਗਿਆ ਆਪਣਾ ਨੌਕਰੀਆਂ ਮਿਲਣਗੀਆਂ, ਅਤੇ ਪੁਰਾਣੇ ਘਰ ਜਾਣਗੇ, ਉਹਨਾਂ ਦੀ ਵੈਸੇ ਤਨਖਾਹ ਬਹੁਤ ਜ਼ਿਆਦਾ ਆ। ਇਹ ਹਰ ਇਸ ਗੌਰਮੈਂਟ ਨੇ ਇਸ ਕਰਕੇ ਠੀਕ ਕੀਤਾ ਜਿਹੜੀ ਉਮਰ ਘਟਾ ਦਿੱਤੀ। ਮਨਮੋਹਨ ਸਿੰਘ, ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਵੀ ਆਪਣੇ ਦੋਸਤਾਂ ਵਾਂਗੂ ਰਿਟਾਇਰਡ SDO ਪਬਲਿਕ ਹੈਲਥ ਡਿਪਾਰਟਮੈਂਟ ਦਾ, ਅਤੇ ਮੈਂ ਇਹਨਾਂ ਨਾਲ ਸੀਨੀਅਰ ਪੈਨਸ਼ਨਰ ਹੈ, ਸੋ ਇਹਨਾਂ ਨੂੰ 2-4-5 ਸਾਲ ਦਾ ਤਜਰਬਾ ਪੈਨਸ਼ਨ ਲੈਣ ਦਾ, ਅਤੇ ਮੈਨੂੰ 20 ਸਾਲ ਹੋ ਗਏ ਰਿਟਾਇਰ ਹੋਇਆ, ਅਤੇ ਸਾਡੇ ਪੈਨਸ਼ਨਰ ਦੀਆਂ ਜੋ ਅਸੀਂ ਸਮਝਦੇ ਹਾਂ, ਮਹਿਸੂਸ ਕਰਦੇ ਹਾਂ, ਸਾਰਾ ਦਾਰੋਮਦਾਰ ਪੈਨਸ਼ਨ 'ਤੇ ਹੁੰਦਾ, ਚਾਹੇ ਉਹ ਸਾਡੀਆਂ ਆਪਣੀ ਲਾਇਬਿਲਟੀਜ਼ ਨੇ, ਚਾਹੇ ਬੱਚਿਆਂ ਦੀ ਲਾਇਬਿਲਟੀਜ਼ ਨੇ, ਅਸੀਂ ਸਿਰਫ ਪੈਨਸ਼ਨ ਹੀ ਉਡੀਕਦੇ ਹਾਂ, ਅਸੀਂ ਪੈਨਸ਼ਨ ਹੀ ਉਡੀਕਦੇ ਹਾਂ, ਅਤੇ ਨਾਲ ਇਹਦੇ ਕੋਈ ਮੈਡੀਕਲ ਜੇ ਕੋਈ ਫੈਸਿਲਿਟੀ ਸਰਕਾਰ ਦੇਵੇ
अज तो 3 साल पहलों सरकार ने मैडिकल 1 साल वास्ते सारे हॉस्पिटल ऑथोराइज करता सी ते कुछ ने उहदा फायदा उठाया पर सारे उठा नहीं सके क्योंकि पीरियड बड़ा थोड़ा सी 6-7-8 महीने च की हुंदा वा इहो जी स्कीम मुड़ के भी लियाउणी चाहीदी सी। सो जिस तरह की यह नवीं सरकार आई है इन्ने वादे तो बहुत हर वर्ग नूं कीते सी आउण तो पहलों तो लोगों ने यकीन करके पावर च लैण दा पर नवीं सरकार ने कैप्टन सरकार ने किसी भी मसले पर जिस तरह के सारे वर्ग चाहे व्यापारी होण चाहे वह कोई होर खेत्र के होण जां ईवन पिंडां दे जिहड़े किसान भरा होण किसी कोई भी किसी नूं भी कोई तसली नहीं होई ते जिहड़ी कि बहुत माड़ी गल है सरकार वालों सरकार नूं सारयां नूं कुछ ना कुछ देना चाहिए जे सारयां नूं नहीं दे सकदी तां घट्टो घट्ट किसी एक वर्ग नूं किसी साल दे दित्ता हुंदा। अज चौथा बजट मानयोग साडे जिहड़े फाइनांस मिनिस्टर ने उन्होंने पेश किया पर किसी नूं भी कोई खास नहीं मिलिया। तो जे असी मुलाजमान की गल करिए सरकारी मुलाजमान की गल करिए ते कुछ 6% कुछ भी नहीं हुंदा बहुत थोड़ा जबकि बहुत सारिया किश्तां ड्यू सी कोई एरियर सॉरी किश्त दे के उहदा एरियर की अनाउंसमेंट की। सो ये जिहड़ी कोई बहुत वधिया नहीं कह सकते पर चलो कुछ ना कोई राहत महसूस करते हैं। अज पंजाब का बजट जो पेश होया गा हालांकि हर सरकार की कोशिश तो जरूर हुंदी है भी हर वर्ग नूं खुश किया जाए पंजाब ने भी इस पासे बड़ा खुश करन दी कोशिश की है। इस बजट दे विच मैं कहांगा भी 1-2 चीज़ां चंगीआं भी ने लेकिन ज़्यादा चीज़ां इस तरह दीआं ने उन्होंने अपने तरफों तो चंगा करन दी कोशिश की है पर जिन्ने के लिमिटेड रिसोर्स ने उहदे विच लगता नहीं मैनूं भी उहदे विच कुछ किसी के हाथ लगेगा तो जां कोई सुधार होगा। जिस तरह इन्होंने 58 साल की रिटायरमेंट एज करती एक फायदा होएगा कि यूथ नूं नौकरियां जल्दी मिल जाएगियां 2 साल असी उम्मीद कर सकते हैं। दूसरा डीए की किस्त इन्होंने कहा भी 6% असी जल्दी तो जल्दी रिलीज़ कर देंगे वह भी एक इंप्लाइया चंगी खुशी की गल है। तीजा मंडी के जिहड़ा 4% टैक्स उन्होंने घटा के 1% करता वाल भी वो एक बोझ समझा जाता जिहड़े बंदे अपना प्रोड्यूस मंडी के बेचन आना चाहते थे। उस तो बाद इन्होंने कहा कि असी एजुकेशन फ्री कर देंगे 12th तक वो इन्हां वालों तो चंगा इनीशिएटिव है पर यह जुमला ही है क्यों क्योंकि अज की डेट के असी देखिए जिहड़े बेचारे गरीबां दे बेचार न्याणे जाके पढ़ते हैं उही नहीं उत्थे पढ़ना चाहते ना तो उत्थे टीचर ने ना ही इंफ्रास्ट्रक्चर है ना ही स्कूल हैगे ने ते 12वीं तक बच्चे जाणगे किवें उत्थे बच्चे नूं पढ़ाणगे किवें अगर टीचर ही नहीं तुहाडे हैगे कहण नाल थोड़ी एजुकेशन फ्री हो जाणी है कहण नाल तां तुसीं कॉलेज भी फ्री कर दिओ लेकिन जदों तुहाडे कोल टीचर ही है नहीं तो पढ़ाना किन्ना ने उत्थे। उस तो बाद इन्होंने कहा जी इलैक्ट्रिसिटी दे विच 9,275 करोड़ की असी सबसिडी देवांगे उस सबसिडी तो जो तुहाडे कमाऊ पुत्र ने उन्हां दी तां तुसीं बिजली 10-11 रुपये पर यूनिट करती घरेलू की तो वह देन की पोजिशन है नहीं अज की डेट च हर बंदा सोच रहा भी जां तां मैं बिजली यूज़ करनी बंद कर दें जां सोलर ते चल जावां तो जे कमाऊ पुत्तां दे पैसे आने बंद हो गए तो सबसिडियां कित्थों दूगी सरकार। इन्हां नूं दूजियां स्टेटां वल देख के पंजाब दे विच अपनी प्रोडक्शन इन्नी आ इलैक्ट्रिसिटी की तो इन्हां नूं तां 2-3 रुपये दे विच बिजली अवेलेबल करानी चाहीदी है सारयां नूं लोकां नूं फ्री बिजली नहीं चाहीदी जिहड़ी बिजली आ उह सारयां नूं मिले तो रीजनेबल रेट ते मिले लोकां दी इही मंग आ। फिर दूसरा इन्होंने कहा जी 2,000 करोड़ असी किसानों वास्ते सैपरेट रख रहे हैं उन्हां दी कर्ज माफ़ी लई सरकार ने वादा किया जदों ये आए थे 3 साल पहला 2 साल रह गए इलैक्शन तो ये कह रहे हैं जी 2,000 करोड़ नाल किसानों का कर्ज नहीं माफ़ हो सकता 2,000 करोड़ रुपये नाल किसानों का कर्ज नहीं माफ़ हो सकता किसानों के कर्ज माफ़ करन लई इन्हां नूं ज़्यादा अमाउंट देनी पैनी है। ये सिर्फ एक इन्होंने एलोकेशन की है कि जी भी असी कर रहे हैं जदों कि ये कोई किसानों नूं फायदा नहीं होना। ओवरऑल असी बजट देखिए असी सरकार नूं ये नहीं गल भी कोस रहे हैं पर ये कह रहे हैं भी जिन्ने के लिमिटेड रिसोर्स ने उन्होंने कोशिश तो सारे वर्ग नूं खुश करन दी कीती है तो उस तो बजाय गवर्नमेंट नूं ये कोशिश करनी चाहिए है भी जो बजट एलोकेट किया पूरा का पूरा पब्लिक के उत्ते लगे रस्ते च ही ना रह जाए। जिहड़ा अज पंजाब गवर्नमेंट ने बजट पेश किया ना फाइनांस मिनिस्टर ने उहदे विच इंडस्ट्री नूं कोई राहत नहीं दित्ती सिर्फ उन्होंने 700 करोड़ रुपया पावर कारपोरेशन नूं दिता 2700 वो इंडस्ट्री वास्ते उन्होंने अनाउंस किया कादे वास्ते तां सानूं नहीं पता है वो बिजली दे जिहड़े सबस्टेशन उन्होंने अपग्रेड करना नवी भर्ती करनी की करना सब तो वड्डी प्रॉब्लम है। जदों सरकार आई इन्होंने सानूं कहा सी 5 रुपए पावर असीं तुहानूं देंगे क्यों साड़ी बॉर्डर ते असी साड़ी इंडस्ट्री हैगी है साडे कोई रॉ मटीरियल नहीं ना फिनिश गुड साडा इत्थे जिन्ना बणदा असी इत्थे पंजाब च खपत है। इस इवज दे विच इस सरकार ने सरकार आने तो पहला साडे नाल वादा किया असी तुहानू छोटी इंडस्ट्री नू 5 रुपया पावर देंगे
ਜਿਹੜੀ ਕਿ ਅੱਜ ਛੋਟੀ ਇੰਡਸਟਰੀ ਨੂੰ ਪਹਿਲਾਂ 7 ਰੁਪਏ 35 ਪੈਸੇ ਮਿਲਦੀ ਸੀ, ਅੱਜ 10 ਰੁਪਏ ਕੋਸਟ ਕਰਦੀ ਹੈ। 2% ਟੈਰਿਫ 'ਚ ਲਿਆ ਕੇ ਇਹਨਾਂ ਨੇ ਛੋਟੀ ਇੰਡਸਟਰੀ ਨੂੰ ਬਿਲਕੁਲ ਖਤਮ ਕਰ ਦਿੱਤਾ। ਵਾਇਦਾ 3 ਸਾਲ ਚੱਲੇ, ਵਾਇਦਾ ਪੂਰਾ, ਔਰ ਬੜੀ ਵਾਰੀ ਮੀਟਿੰਗਸ ਵੀ ਹੋਈਆਂ ਨੇ ਅਤੇ ਪਰ ਇਹਨਾਂ ਨੇ ਕੋਈ ਸਾਨੂੰ ਪ੍ਰੋਪਰ ਜਵਾਬ ਨਹੀਂ ਦਿੱਤਾ। ਔਰ ਇਸ ਬਜਟ ਦੇ ਵਿੱਚ ਇੰਡਸਟਰੀ ਨੂੰ ਇਹਨਾਂ ਕੋਈ ਰਾਹਤ ਨਹੀਂ ਦਿੱਤੀ। ਸਾਡਾ ਵੈਟਰ ਫੰਡ ਫਸਿਆ ਪਿਆ, GST ਸਟੇਟ ਕੋਰ ਫੰਡ ਫਸਿਆ ਪਿਆ ਹੈਗਾ, ਕੋਈ ਸੁਣਵਾਈ ਨਹੀਂ ਹੈਗੀ। ਔਰ CM ਨੇ ਮੇਰੇ ਹਿਸਾਬ ਨਾਲ 3 ਸਾਲਾਂ 'ਚ ਕਿਸੇ ਵੀ ਵਪਾਰਕ ਅਦਾਰੇ ਨਾਲ ਇਹੋ ਜਿਹੀ ਮੀਟਿੰਗ ਨਹੀਂ ਕੀਤੀ ਹੈਗੀ ਜਿਸ ਨਾਲ ਅਸੀਂ ਆਪਣੀ ਇੰਡਸਟਰੀ ਨੂੰ ਪ੍ਰਫੁੱਲਿਤ ਕਰ ਸਕੀਏ। ਇਸ ਵੇਲੇ ਬਜਟ 'ਚ ਸਾਨੂੰ ਉਮੀਦ ਹੈਗੀ ਸੀ ਵੀ ਜੋ ਸਿਸਟਮ 3 ਸਾਲਾਂ ਤੋਂ ਚੱਲ ਰਿਹਾ ਵੀ ਸਾਨੂੰ ਕੁਛ ਨਾ ਕੁਛ ਪੰਜਾਬ ਗਵਰਨਮੈਂਟ ਇਸ ਬਜਟ ਰਾਹ ਦਿੱਤੀ, ਪਰ ਸਾਨੂੰ ਲੱਗਾ ਸਾਨੂੰ ਇੰਡਸਟਰੀ ਨੂੰ ਕੋਈ ਰਾਹਤ ਇਸ ਬਜਟ 'ਚ ਨਹੀਂ ਮਿਲੀ। ਔਰ ਇੰਡਸਟਰੀ ਸਿਰਫ ਇੰਤਜ਼ਾਰ 'ਚ ਹੀ ਮਰ ਗਈ ਹੈਗੀ ਹੈ। ਬਜਟ ਹਰ ਸਾਲ ਅਸੀਂ ਵੇਖਦੇ ਹਾਂ, ਖਾਸ ਕਰਕੇ ਇੰਡਸਟਰੀ ਨੂੰ ਅੱਖੋਂ ਓਹਲਾ ਕੀਤਾ ਜਾਂਦਾ ਹੈ। ਮੇਰਾ ਨਾਮ SPS ਵਿਰਕ ਹੈ ਜੀ। ਜਿਹੜਾ ਬਜਟ ਅੱਜ ਆਇਆ ਹੈਗਾ ਉਹ ਐਲੋਕੇਸ਼ਨ ਜਿੰਨੀ ਵੀ ਅਮਾਊਂਟ ਪੰਜਾਬ ਗੌਰਮੈਂਟ ਨੇ ਕੀਤੀ ਹੈਗੀ ਆ ਉਹਦੇ 'ਚ ਸਿਵਾਏ ਇੱਕ ਇੰਡਸਟਰੀ ਪਾਵਰ ਸਬਸਿਡੀ ਦੇ ਤੌਰ 'ਤੇ 2800 ਕੁਛ ਕਰੋੜ ਰੁਪਈਆ ਜਿਹੜਾ ਹੈਗਾ ਉਸ ਤੋਂ ਇਲਾਵਾ ਕੁਛ ਵੀ ਨਹੀਂ ਹੈਗਾ। ਔਰ ਉਹ ਵੀ ਕਲੀਅਰ ਨਹੀਂ ਹੈਗਾ ਕਿ ਕਿਹੜੇ ਪਾਸੇ ਜਾਊਗਾ ਇਹ ਪਾਵਰ ਸਬਸਿਡੀ, ਕਿੱਥੇ ਜਾਊਗੀ ਇੰਡਸਟਰੀ ਦੇ ਨਾਲ। ਦੇਖੋ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਹੈਗੀ ਆ ਆਲਰੇਡੀ ਬਹੁਤ ਜ਼ਿਆਦਾ ਡਿਮਿਨਾਈਜ਼ ਹੋ ਰਹੀ ਆ। ਕਿਤੇ ਵੀ ਕਿਸੇ ਸੈਕਟਰ ਦੀ ਗੱਲ ਕਰ ਲਓ, ਲੈਦਰ ਦੀ ਅਸੀਂ ਗੱਲ ਕਰ ਰਹੀ ਹਾਂ, ਇੰਡਸਟਰੀ ਬੰਦ ਪਈਆਂ ਹੈਗੀਆਂ, ਰਬਲ ਵਾਲੇ ਰੋੜੇ ਨੇ, ਹੈਂਡਟੂਲ ਵਾਲੇ ਸਾਰੇ ਰੋੜੇ ਨੇ। ਕਾਰਨ ਇਹ ਕਿ ਕੋਈ ਨਵੀਂ ਪੋਲਿਸੀਜ਼ ਹੈ ਹੀ ਨਹੀਂ ਆ, ਨਵੀਂ ਐਲੋਕੇਸ਼ਨਸ ਹੀ ਨਹੀਂ ਹੈਗੀਆਂ। ਜਿਹੜੀਆਂ ਪੁਰਾਣੀ ਇੰਡਸਟਰੀ ਹੈਗੀ ਆ ਉਹਨੂੰ ਤਾਂ ਅਸੀਂ ਕਹਿੰਦੇ ਪਏ ਹੈਗੇ ਹਾਂ ਕਿ ਤੁਹਾਨੂੰ ਜਿਹੜੀ ਬਿਜਲੀ ਦਾ ਯੂਨਿਟ ਹੈਗਾ ਉਹ ਇਸ ਰੇਟ 'ਤੇ ਮਿਲੇਗਾ, ਨਵੀਂ ਐਗਜਿਸਟਿੰਗ ਯੂਨਿਟ ਲਗਾਓ, ਲੈ ਕੇ ਨਵੀਂ ਲੈ ਕੇ ਆਓ, ਚਲੋ 5 ਰੁਪਏ ਯੂਨਿਟ ਦਿੰਦੇ ਹੈਗੇ ਹਾਂ। ਦੱਸੋ ਜਿਹੜਾ ਬੰਦਾ ਆਲਰੇਡੀ ਐਗਜਿਸਟ ਕਰ ਰਿਹਾ, ਜਿਹੜਾ ਬੰਦਾ ਆਲਰੇਡੀ ਇਸ ਫੀਲਡ 'ਚ ਕੰਮ ਕਰ ਰਿਹਾ, ਜਿਹਨੂੰ 25-25 ਸਾਲ ਇਸ ਕੰਮ ਕਰਦੇ ਹੋ ਗਏ। ਇੱਕ ਕਾਰ ਦੇ ਵਿੱਚ ਨਾ ਕਰੂਜ਼ ਮੋਡ ਹੁੰਦਾ, ਕਰੂਜ਼ ਮੋਡ ਕੀ ਹੁੰਦਾ ਹੈ ਕਿ ਜਦੋਂ ਅਸੀਂ ਗੱਡੀ ਚਲਾਉਂਦੇ ਹਾਂ ਨਾ ਅਤੇ ਆਪਾਂ ਜਾ ਰਹੇ ਹੁੰਦੇ 100 ਕਿਲੋਮੀਟਰ ਦੀ ਸਪੀਡ ਨਾਲ ਬ੍ਰੇਕ ਲਗਾਉਂਦੇ ਹਾਂ, 80 ਤਾਂ ਜਾਂਦੀ ਆ, ਕਿਹਦੀ ਜਗ੍ਹਾ 'ਤੇ ਹਾਈਵੇ ਆ ਜਾਂਦਾ ਇੰਨਾ ਵਧੀਆ ਜਿੱਥੇ ਕਹਿੰਦਾ ਕਿ 80 ਕਿਲੋਮੀਟਰ ਦੀ ਸਪੀਡ 'ਤੇ ਗੱਡੀ ਚੱਲਣੀ ਚਾਹੀਦੀ ਹੈ। 25 ਸਾਲ ਦੀ ਤਪੱਸਿਆ ਕਰਕੇ ਕਿ ਇੰਡਸਟਰੀ ਦੇ ਵਿੱਚ ਜਾ ਕੇ 25 ਸਾਲ ਮੈਨੂੰ ਲੱਗੇ ਇੰਡਸਟਰੀ ਦੇ ਵਿੱਚ, ਹੈਂਜੀ, ਉਹਦੇ ਬਾਅਦ ਜਾ ਕੇ ਵੀ ਸਾਡੀ ਗੱਡੀ ਅੱਜ ਤੱਕ ਕਰੂਜ਼ ਮੋਡ 'ਤੇ ਨਹੀਂ ਲੱਗ ਰਹੀ, ਸਾਨੂੰ ਰੋਜ਼ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪੈਂਦਾ। ਅਤੇ ਕਿੱਦਾਂ ਦੀ ਸਰਕਾਰ ਅਤੇ ਕਿੱਦਾਂ ਦੀ ਜਿਹੜੀ ਬਜਟ ਆ, ਸਾਨੂੰ ਤਾਂ ਕੁਛ ਸਮਝ ਨਹੀਂ ਆ ਰਿਹਾ ਕਿ ਬਜਟ ਕਿੱਥੇ ਹੈਗਾ। ਮੈਂ ਰਾਕੇਸ਼ ਬਹਿਰ, ਸੈਕਟਰੀ ਜਲੰਧਰ ਰਬਰ ਗੁਡਸ ਮੈਨੂਫੈਕਚਰ ਐਸੋਸੀਏਸ਼ਨ ਜਲੰਧਰ। ਅੱਜ ਪੰਜਾਬ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਉਹਦੇ ਵਿੱਚ ਇੰਡਸਟਰੀ ਲਈ ਕੋਈ ਵੀ ਫੇਵਰ ਨਹੀਂ ਕੀਤੀ ਗਈ। ਸਾਡੀ ਇੰਡਸਟਰੀ ਸ਼ੁਰੂ ਤੋਂ ਇਸ ਸਰਕਾਰ ਨੂੰ ਇੱਕ ਡਿਮਾਂਡ ਸੀਗੀ ਵੀ ਸਾਨੂੰ ਕਿਹੜੀ ਬਿਜਲੀ 5 ਰੁਪਏ ਮਿਲਣੀ ਚਾਹੀਦੀ ਹੈ, ਅਤੇ ਅੱਜ ਤੱਕ ਉਹ 3 ਸਾਲਾਂ 'ਚ ਕੋਈ ਡਿਮਾਂਡ ਸਾਡੀ ਪੂਰੀ ਨਹੀਂ ਹੋਈ ਗਈ। ਜਿਹੜੇ 2700 ਕਰੋੜ ਰੁਪਏ ਸਰਕਾਰ ਨੇ ਦਿੱਤਾ ਵੀ ਹੈ, ਜਿਹ 'ਚ ਕਲੀਅਰਲੀ ਕੀਤਾ ਜਾਂਦਾ ਵੀ ਇਹ ਕਿਹੜੇ 2700 ਕਰੋੜ ਹੈ ਇੰਡਸਟਰੀ ਨੂੰ ਸਬਸਿਡਾਈਜ਼ ਕਰਨ ਨੂੰ, ਉਹਦੇ ਰੇਟ ਨੂੰ ਸਬਸਿਡਾਈਜ਼ ਕਰਨ ਨੂੰ ਕੀਤਾ ਜਾਂਦਾ, ਕਲੀਅਰ ਕੀਤਾ ਜਾਂਦਾ, ਸ਼ਾਇਦ ਇੰਡਸਟਰੀ 'ਚ ਉਤਸ਼ਾਹ ਬਹੁਤ ਵੱਧ ਜਾਂਦਾ। ਪਰ ਇਹ 2% ਟੈਰਿਫ ਕਰਕੇ ਜਾਂ ਤਾਂ ਕਲੀਅਰ ਕਹਿਣ ਇਹ ਕਿਹੜਾ 2% ਟੈਰਿਫ ਨੂੰ ਸਮਾਲ ਸਕੇਲ ਇੰਡਸਟਰੀ ਨੂੰ ਕੱਢਿਆ ਜਾਏਗਾ ਔਰ ਇਹ ਉਹਨੂੰ ਸਬਸਿਡਾਈਜ਼ ਕੀਤਾ ਜਾਏਗਾ ਅਤੇ ਉਹਦੀ ਬੈਨੀਫਿਟ ਇੰਡਸਟਰੀ ਨੂੰ, ਫਿਰ ਤਾਂ ਸਾਨੂੰ ਉਤਸ਼ਾਹ ਮਿਲੇਗਾ। ਲੇਕਿਨ ਕਿਉਂਕਿ ਆਲਰੇਡੀ ਕਿਹੜਾ 7 ਰੁਪਏ 35 ਪੈਸੇ ਯੂਨਿਟ ਪੈਂਦਾ ਸੀ, ਸਾਨੂੰ 9-10 ਰੁਪਏ ਪੈਂਦਾ ਪਿਆ। ਇਹ ਸਾਡੇ ਇੰਡਸਟਰੀ ਨੂੰ ਆਲਰੇਡੀ ਪਾਵਰ ਓਰੀਐਂਟਡ ਇੰਡਸਟਰੀ, ਚੱਪਲ ਦੀ, ਰਬੜ ਇੰਡਸਟਰੀ, ਉਹਦੇ 'ਚ ਕਾਫੀ ਸਾਨੂੰ ਲੋਸ ਆਉਂਦਾ ਪਿਆ ਹੈਗਾ। ਆਲਰੇਡੀ ਕੰਪੀਟੀਸ਼ਨ ਬਹੁਤ ਆ, ਆਲਰੇਡੀ ਕੰਮ ਕਰ ਰਿਹਾ, ਹਾਲਾਤ ਕੋਈ ਚੰਗੇ ਨਹੀਂ। ਪੰਜਾਬ ਦੇ 400 ਯੂਨਿਟ ਹੁੰਦਾ ਸੀ ਹਵਾਈ ਦਾ, ਇਸ ਲਈ ਮੁਸ਼ਕਿਲ ਨਾਲ 40-45 ਯੂਨਿਟ ਰਹਿ ਗਏ ਨੇ, ਬਾਕੀ 350 ਯੂਨਿਟ ਇੱਥੋਂ ਜਾਂ ਤਾਂ ਮਾਈਗ੍ਰੇਟ ਕਰ ਗਿਆ ਜਾਂ ਕਲੋਜ਼ ਹੋ ਗਿਆ, ਕਿਉਂਕਿ ਕੰਜ਼ਮਪਸ਼ਨ ਤਾਂ ਪੰਜਾਬ 'ਚ ਹੈ ਹੀ ਨਹੀਂ ਬਿਲਕੁਲ। ਸਿਮਿਲਰਲੀ ਸਾਡਾ ਦੂਜਾ ਪ੍ਰੋਬਲਮ ਕਿਹੜੀ ਚੱਲ ਰਹੀ, GST ਦੀ, VAT ਐਂਡ GST ਕਾਮਨ ਪ੍ਰੋਬਲਮ ਹੀ ਹੈ ਜੀ। 5-5 ਸਾਲਾਂ ਦੇ 3.5 ਸਾਲ ਤਾਂ GST ਲੱਗੇ ਨੂੰ ਹੋ ਗਏ, ਉਸ ਤੋਂ ਪੁਰਾਣਾ VAT ਰਿਫੰਡ ਪੈਂਡਿੰਗ ਪਿਆ ਸਾਡਾ, ਸਾਰੀ ਇੰਡਸਟਰੀ ਸਾਡੀ ਦਾ। ਸਿਮਿਲਰਲੀ ਉਸ ਤੋਂ ਬਾਅਦ GST ਆ ਗਈ, GST ਤੋਂ ਸ਼ੁਰੂਆਤ ਇਹਨਾਂ ਨੇ ਪਹਿਲੇ 90% ਸਾਨੂੰ ਦਿੱਤਾ, 10% 2.5 ਸਾਲ ਤੋਂ ਸਾਡਾ ਪੈਂਡਿੰਗ ਪਿਆ ਸਾਰਿਆਂ ਦਾ ਹੀ। ਕੁਛ ਹੀ ਫਾਈਲਾਂ ਕਲੀਅਰ ਹੋਈਆਂ ਨੇ, ਜਿਹੜੇ ਫਾਈਲਾਂ ਕਲੀਅਰ ਵੀ ਹੋਈਆਂ ਨੇ ਉਹਦੇ ਵਾਚਰ ਬਣ ਗਏ ਨੇ। ਅਕਤੂਬਰ ਤੋਂ ਬਾਅਦ ਕੋਈ ਪੇਮੈਂਟ ਆਪਣਾ ਟ੍ਰੈਜਰੀ ਨੂੰ ਨਹੀਂ ਭੇਜੀ ਗਈ, ਔਰ ਫਾਈਨੈਂਸ ਡਿਪਾਰਟਮੈਂਟ ਪੇਮੈਂਟ ਨਾ, ਸਾਨੂੰ ਹੀ ਪਤਾ ਲੱਗਦਾ ਜੀ ਸਾਡੇ ਕੋਲ ਪੇਮੈਂਟ ਨਹੀਂ ਹੈਗੀ ਪੰਜਾਬ ਸਰਕਾਰ ਦੇ ਕੋਲ। ਵੋਚਰ ਆਪਣਾ ਪੈਂਡਿੰਗ ਪਏ ਨੇ ਉੱਥੇ ਆਪਣਾ ਟ੍ਰੈਜਰੀ ਦੇ ਵਿੱਚ। ਜੇ ਇਸੇ ਤਰ੍ਹਾਂ 31 ਮਾਰਚ ਆ ਗਈ, ਜੇ 31 ਮਾਰਚ ਵਿੱਚ ਵੋਚਰ ਐਕਸਪਾਇਰ ਕਰ ਜਾਣਗੇ ਫਿਰ ਉਹਨੂੰ ਰੀਪ੍ਰੋਸੈਸ ਕਰੇ। ਲਾਸਟ ਈਅਰ ਵੀ ਇਸੇ ਤਰ੍ਹਾਂ ਆਇਆ ਸੀਗਾ, ਇਸ ਸਾਲ ਵੀ ਇਸੇ ਤਰ੍ਹਾਂ ਹੀ ਹੁੰਦਾ ਪਿਆ ਹੈਗਾ। ਸਾਡੀ ਕਿਹੜੀ ਪੇਮੈਂਟ ਹੈ, ਕਿਹੜਾ ਕੈਪੀਟਲ ਹੈਗਾ, ਉਹ VAT 'ਚ ਐਂਡ GST ਦੇ 'ਚ ਫਸਿਆ। ਸਰਕਾਰ ਨੇ ਇਸ ਬਾਰੇ, ਪੰਜਾਬ ਸਰਕਾਰ ਦਾ ਜਿਹੜਾ ਪਾਰਟ ਹੈ ਸੈਂਟਰ ਦਾ ਤਾਂ ਫਿਰ ਮਿਲ ਜਾਂਦਾ ਪਿਆ, ਜਿਹੜਾ ਪੰਜਾਬ ਸਰਕਾਰ ਦਾ ਪਾਰਟ ਆ ਸਾਨੂੰ ਬਿਲਕੁਲ ਨਹੀਂ ਮਿਲਦਾ ਪਿਆ, ਬੜਾ ਡਿਲੇਡ ਮਿਲਦਾ ਪਿਆ। ਜਿਹੜਾ ਕਿ ਸਾਡਾ ਕੈਪੀਟਲ ਆਲਰੇਡੀ ਇੰਡਸਟਰੀ ਦਾ ਬਹੁਤ ਬੁਰਾ ਹਾਲ ਹੈ, ਅਤੇ ਕੋਈ ਰਸਾ ਮੁਸ਼ਕਿਲ ਇੰਡਸਟਰੀ ਨੂੰ ਡੇ ਬਾਈ ਡੇ ਮੁਸ਼ਕਿਲ ਆ ਰਹੀ ਹੈ ਜੀ। ਸਰਕਾਰ ਨੇ ਇਸ ਬਾਰੇ ਕੋਈ ਹੱਲ ਨਹੀਂ ਕੀਤਾ ਨਾ ਸੋਚਿਆ। ਇਹ ਦੋਨੋਂ ਡਿਮਾਂਡਾਂ ਬਹੁਤ ਦੇਰ ਤੋਂ ਪੈਂਡਿੰਗ ਪਈਆਂ ਨੇ,